ਤੁਸੀਂ ਪੂਰੇ 골ਡ ਮੈਡਲ ਦੇ ਹੱਕਦਾਰ ਹੋ ਜੇ ਤੁਸੀਂ ਆਪਣੀ ਮੰਮੀ ਨੂੰ ਗਲਤੀ ਮਨਾਤੀ। ਨਾ 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 ਆਪਣੇ ਆਪ ਮੰਮੀ ਆਪਣੇ ਹੱਥ ਖੜੇ ਨੇ, ਆਹ ਹੱਥ ਖੜੇ ਨੇ, ਆਪਣਾ ਤੁਸੀਂ ਮਨਾਈ ਹੁਣ ਵੀ ਤਰਿਆ ਦੁੱਧ ਗੈਸ ਤੇ ਤੇ ਉੱਬਲ ਗਿਆ ਬਈ। ਹੁਣ ਨਾ ਤਾਂ ਕੋਈ ਜੇ ਤਾਂ ਗਲਤੀ ਨਾਲ ਤੂੰ ਗਿਆ ਹੋਵੇਂ ਪਿੱਛੇ ਤੋਂ ਫਿਰ ਤਾਂ ਹੈਗੀ ਉਹ ਤੇਰੀ ਗਲਤੀ ਤਾਂ ਉਬਾਲਿਆ। ਹਾਂ ਜੇ ਮਤਲਬ ਤੂੰ ਨਹੀਂ ਗਿਆ ਉੱਥੇ ਫਿਰ ਹੁਣ ਬਈ ਕੁਝ ਨਹੀਂ ਹੈਗਾ ਇਲਜ਼ਾਮ ਲਾਉਣ ਨੂੰ। ਫਿਰ ਉਹ ਗਲਤੀ ਹੈਗੀ ਜਿਹੜੀ 2 ਸਾਲ ਪਹਿਲਾਂ ਤੂੰ ਕੁਝ ਗਲਤੀ ਕੀਤੀ ਸੀ ਜਿਹੜੇ ਉਹਨਾਂ ਦੇ ਦਿਮਾਗ 'ਚ ਆ ਗਈ। ਪਰ ਫਿਰ ਤੁਸੀਂ ਵੀ ਤਾਂ ਐਂ ਕਰਦੇ ਫਿਰਦੇ ਹੋ, ਮੇਰਾ ਦਿਮਾਗ ਹੀ ਉੱਧਰ ਰਹਿੰਦਾ ਸਾਰਾ। ਹਰਾਮਜ਼ਾਦੇ ਨੇ ਦੁਖੀ ਕਰਿਆ ਪਿਆ ਫਲਾਣਾ ਐਂ ਹੋ ਗਿਆ ਮੈਨੂੰ ਕੀ ਯਾਦ ਰਹਿੰਦਾ ਹੈ, ਮੈਂ ਭੁੱਲ ਕੇ ਫਿਰ ਡੁੱਲ ਗਿਆ ਇਹ। ਦੂਜੀ ਉਹ ਹੁੰਦਾ ਉਹਨਾਂ ਦਾ ਵੀ ਹੁਣ ਔਕਵਰਡ ਸਿਚੁਏਸ਼ਨ ਨੂੰ ਉਹ ਕਿਵੇਂ ਕਰੀਏ, ਜਿਵੇਂ ਮਤਲਬ ਵੀ ਕਈ ਵਾਰ ਤਾਂ ਜਦੋਂ ਤੂੰ ਕਹਿੰਦਾ ਵੀ ਮੰਮੀ ਜਰਾਬਾਂ ਕਿੱਥੇ ਨੇ ਮੇਰੀਆਂ, ਉਹ ਕੰਮ ਕਰ ਰਹੇ ਹੋਈ ਉੱਥੇ ਪਈਆਂ ਨੇ ਉਹਦੇ 'ਚ ਸੋਫੇ ਦੇ ਗੱਦੇ ਥੱਲੇ ਪਈਆਂ ਨੇ ਉੱਥੇ ਚੱਕ ਲੈ ਐਂ ਦੇਖ ਲਿਆ ਤੂੰ। ਕਈ ਵਾਰ ਤਾਂ ਵੀ ਉਹਨੂੰ ਵੀ ਹੈ ਨਹੀਂ ਉਰੇ ਮੰਮੀ ਤਾਂ ਆ ਕੇ ਕਈ ਵਾਰ ਤਾਂ ਮੈਜੀਕਲੀ ਉੱਥੇ ਆ ਜਾਂਦੀ ਹੈ ਤੂੰ ਦੇਖਿਆ ਸੀ। ਠੀਕ ਹੈ ਕਈ ਵਾਰੀ ਐ ਹੁੰਦਾ ਵੀ ਉੱਥੇ ਸੱਚੀਓ ਨਹੀਂ ਹੈ ਸੀ ਪਰ ਸੋਈ ਤੋਂ ਸੋਫੇ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਹਰਾਮਜ਼ਾਦੇ ਅੰਨੇ ਅੱਖਾਂ ਪੁੱਟ ਗਈਆਂ ਕਾਲ ਡੋਡੇ ਹੋ ਗਏ ਉਹ ਤੱਕ ਤਾਂ ਤੈਨੂੰ ਵੀ ਐ ਲੱਗੂ ਵੀ ਲੈ ਵੀ ਕਿਤੇ ਨਿਕਲ ਹੀ ਨਾ ਆਵੇ ਉੱਥੋਂ ਸਾਲੇ ਨਿਕਲ ਆਈਆਂ ਵੀ ਹੁਣ ਤਾਂ ਨਿਊਕਲੀਅਰ ਵੈਪਨ ਤਿਆਰ ਹੀ ਪਏ ਨੇ ਵੀ ਲਾਲ ਬਟਨ ਹੀ ਪਕੜ ਤੇ ਐਂ ਦੇਖ ਕੇ ਐਂ ਸਾਰਾ ਭਗਾ ਭੂਗੇ ਮਾਰ ਆਏ। ਜਦ ਪਤਾ ਲੱਗ ਗਿਆ ਵੀ ਹੁਣ ਹੈ ਨਹੀਂ ਥੋੜਾ ਨਾ ਵੀ ਹੁਣ ਇਲਜ਼ਾਮ ਕਿਸੇ ਪਈ अरे यही पर तो रखिया दिया किधर गईया हिंदी 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 पूरी शिफ्ट कर जाने ਚੱਲੀ ਕੋਈ ਆਇਆ ਡੈਡੀ ਕਿਸੇ ਦੀ ਰਜਿਸਟਰੀ ਸੀਗੀ ਤੇ ਐਂ ਧਰੀ ਹੋਊ ਉਹਨੇ ਸਾਹਮਣੇ ਤੇ ਮੰਮੀ ਨੇ ਚੱਕ ਚੁੱਕ ਕੇ ਕਿਧਰੇ ਹੋਰ ਰੱਖਤੀ। ਮੰਮੀ ਨੂੰ ਯਾਦ ਨਹੀਂ ਰਿਹਾ ਕਿਉਂਕਿ ਉਮਰ ਹੋ ਜਾ ਉਹਨੇ ਯਾਦ ਨਹੀਂ ਰਹਿੰਦਾ ਹੈਗਾ ਤੇ ਵੀ ਡੈਡੀ ਦੇ ਗੱਲ ਪੈ ਗਈ ਉਹ ਵੀ ਇੱਥੇ ਧਰੀ ਹੋਈ ਆ ਤੈਨੂੰ ਦੀਨਾ ਨਹੀਂ ਫਲਾਣਾ ਧਮਕਾਣਾ ਆ ਕੇ ਲੈ ਤੂੰ ਦੇਖ ਲੈ ਫਿਰ ਆ ਕੇ ਉਹਨੇ ਦੇਖਿਆ ਵੀ ਚਲੋ ਹੁਣ अरे यही पर रखी थी मेरे को तो बात भूल गई मैं तो नाले अपने डैडी भी तो पूरे हो ले यार कि ना उनका वो भी तो सारा कुछ इस तरह हफ्ता हो गया चीज की लोड नहीं है वही पड़ी रहेगी। अच्छा 8वें दिन मम्मी ने चाका घेर दी उसके बाद ਉਹ ਇੱਥੇ ਰੱਖੀ ਸੀ ਚੀਜ਼ ਉਹ ਕਿੱਥੇ ਗਿਰਦੀ ਉਹਦਾ ਇੰਨੇ ਕੰਮ ਦੀ ਸੀ ਐਗਜ਼ੈਕਟਲੀ ਉਦੋਂ ਹੀ ਮੰਗਣੀ ਇਹਨਾਂ ਨੇ ਜਦੋਂ ਸਿੱਟਦੀ ਮੰਮੀ ਨੇ ਉਹ ਕਿੱਥੇ ਗਿਰਦੀ ਤੂੰ ਮੰਮੀ ਫਿਰ ਉਹ ਤਾਂ ਮੈਂ ਗੇਰਦੀ ਮੈਂ ਕਿਹਾ ਤੇਰੇ ਕੰਮ ਨਹੀਂ ਮੈਂ ਤਾਂ ਦੇਖ ਗਲਤੀ ਹਰੇਕ ਚੀਜ਼ ਛੱਡਦੀ ਹੈ ਜਾ ਕੇ ਐਵੇਂ ਵੀ ਕੰਮ ਦੀ ਚੀਜ਼ ਆ ਉਹ ਹਾਂ ਗਲ ਮੇਰੇ ਤਾਂ ਗਾਲੇ ਪੈ ਗਈ ਇਹ ਦੇਖ ਲੈ। ਕਈ ਵਾਰੀ ਇਹਨਾਂ ਨੇ ਦਵਾਈ ਦੂਈ ਮੰਗਾਉਣੀ ਹੋਊ ਤੇਥੋਂ ਤੇ ਇਹਨਾਂ ਕੋਲ ਤਾਂ ਬਹੁਤ ਪੁਰਾਣੀ ਪ੍ਰਸਕ੍ਰਿਪਸ਼ਨ ਨਾਮ ਦੀ ਤਾਂ ਚੀਜ਼ ਖਤਮ ਹੀ ਹੋ ਜਾਂਦੀ ਹੈ ਇਹ ਮੰਗਾਈ ਜਾਂਦੇ ਤੇਥੋਂ ਕੋਈ ਪੱਤਾ ਦੇ ਦੇਣਗੀਆਂ ਜੇ ਗੋਲੀ ਹੋਊ ਇਹ ਡੱਬੀ ਦੇ ਦੇਣਗੀਆਂ। ਵੀ ਇੱਕ ਵਾਰ ਹੁਣ ਵਿਆਹ ਵੀ ਸੀ ਵੀ ਉਹਦੇ 'ਚ ਡੱਬੀ ਵੀ ਇੱਧਰ ਉੱਧਰ ਹੋ ਗਈ ਵੀ ਉਹ ਮੇਰੀ ਅੱਖਾਂ 'ਚ ਪਾਉਣ ਵਾਲੀ ਦਵਾਈ ਲਿਆਦੀ ਮਾਂ ਵੀ ਲਿਆ ਦਵਾਈ ਲੈ ਕੇ ਆ ਦੂੰ ਮੈਂ ਵੀ ਕਿੱਡੀ ਗੱਲ ਆ ਵੀ ਮੇਰੀ ਮੰਮੀ ਨੇ ਦਵਾਈ ਮੰਗਾਈ ਮੈਂ ਲਿਆ ਦੂੰ ਮਾਂ ਲਿਆ ਦੇ ਕਹਿੰਦੀ ਵੀ ਉਹਦਾ ਖੋ ਗਈ ਵਿਆਹ 'ਚ ਮਾਂ ਵੀ ਮੇਰਾ ਨਾਮ ਹੋਊ ਕੁਛ ਉਹਦਾ ਵੀ ਉਹ ਹਰੀ ਹਰੀ ਜੀ ਤੂੰ ਲੈ ਕੇ ਤਾਂ ਆਉਣਾ ਖਾਕੀ ਬੱਟੀ ਹਾਂ ਹਰੀ ਹਰੀ ਜੀ। ਤੇ ਕਈ ਵਾਰੀ ਪਿੰਡ ਵਾਲਾ ਡਾਕਟਰ ਹੈ ਜਿਹੜਾ ਉਹਦੇ ਕੋਲੇ ਜਾਊ ਇਹ ਵੀ ਬਿਮਾਰੀ ਤਾਂ ਹੁਣ ਪਤਾ ਨਹੀਂ ਹੁੰਦਾ ਕਿਉਂਕਿ ਐਕਚੁਅਲੀ ਇਹਨਾਂ ਦਾ ਬਲੱਡ ਵੱਧ ਜਾਂਦਾ ਤੇ ਉਹ 'ਚ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਸ ਅੰਦਰ ਘਬਰਾਹਟ ਜੀ ਹੋਈ ਜਾਂਦੀ ਇਹਨੂੰ ਟੈਨਸ਼ਨ ਕਾਊ-ਮਾਊ ਕਰਦਾ ਹੁਣ ਹਰੇ ਪੰਨੇ ਵਾਲੀ ਗੋਲੀਆਂ ਦੇ ਦੋ ਉਧਰ ਦਿੱਤੀਆਂ ਸੀ ਡਾਕਟਰ ਜਮਾ ਠੀਕ ਹੋ ਗਈ ਸੀ ਮੈਂ ਤਾਂ ਨਾਲੇ ਕੁਝ ਨਹੀਂ ਡਾਕਟਰ ਦਾ ਆ ਕਲੇਜਾ ਜਾਂ ਪਤਾ ਨਹੀਂ ਕੀ ਭਾਰੀ ਭਾਰੀ ਹੋਈ ਜਾਂਦਾ ਹੈ। ਮੈਨੂੰ ਇਹ ਲੱਗਦਾ ਵੀ ਡਾਕਟਰ ਜਿਹੜੀ ਇਹਨਾਂ ਨੂੰ ਦਵਾਈ ਦਿੰਦਾ ਕਿਸੇ ਕੰਮ ਦੀ ਨਹੀਂ ਹੁੰਦੀ ਉਹ ਬਸ ਇਹਨਾਂ ਨੂੰ ਪਲਸੀਬੋ ਹੀ ਦਿੰਦਾ ਹੁੰਦਾ ਵੀ ਚੱਲ ਇਹ ਜਾਣਗੀਆਂ ਦਵਾਈ ਲੈਣਗੀਆਂ ਆਪੇ ਸੈੱਟ ਹੋ ਜਾਣਗੀਆਂ। ਹੋਰ ਜਦ ਵੀ ਕੁਝ ਵੀ ਇਸ ਤਰ੍ਹਾਂ ਓਏ ਜੀ ਜਾਂ ਕੱਚਾ ਹੋ ਰਿਹਾ ਹੈ ਓਏ ਟੂਹੀ ਦੁਖ ਰਹੀ ਆ ਕੁਝ ਵੀ ਹੋ ਰਿਹਾ ਫਿਰ ਮੈਂ ਕਿਹਾ ਵੀ ਕਿਆ ਲੈਣਾ ਕੁਝ ਬਤਾ ਕਿਹੜੀ ਦਵਾਈ ਲਈ ਸੀ ਉਹ ਨਹੀਂ ਸੀ ਜਿਹੜੀ ਅੱਧੀ ਗੁਲਾਬੀ ਅੱਧੀ ਚਿੱਟੀ ਉਹ ਬੱਟੀ ਲਿਆ ਕੇ ਦੇ ਦੇ ਬਸ ਮੈਨੂੰ ਬੱਟੀ ਅੱਧੀ ਗੁਲਾਬੀ ਅੱਧੀ ਚਿੱਟੀ ਹਰੇ ਪੰਨੇ ਵਾਲੀ ਹਰੀ ਸੀਸੀ ਵਾਲੀ ਪੂਰੀ ਸੀਸੀ ਮਿੱਠੀ ਜੀ ਮੈਂ ਯਾਰ ਮਿੱਠੀ ਦਾ ਕੀ ਮਤਲਬ ਹੈ ਯਾਰ ਮੈਂ ਪੀ ਕੇ ਦੇਖੂ ਤੇ ਕਿਹੜੀ ਹੈ ਮਿੱਠੀ ਹੁੰਦੀ ਹੈ ਉਹ ਐਡੀ ਸੀਸੀ ਹੁੰਦੀ ਹੈ ਹਰੀ ਜੀ ਹੁੰਦੀ ਹੈ ਵੇ ਇੱਕੋ ਹੀ ਤਾਂ ਸੀਸੀ ਹੁੰਦੀ ਹੈਗੀ ਫਿਰ ਉਹ ਅਗਰੈਸਿਵ ਹੋ ਜਾਂਦੀ ਨਾ ਫਿਰ ਉਹ ਫਿਰ ਤੇਰੀ ਪੜ੍ਹਾਈ ਦਾ ਸਵਾਲ ਚੁੱਕਣਾ ਸ਼ੁਰੂ ਹੋ ਤੂੰ ਕਹਿਣਾ ਐਮਏ ਕਰ ਲਈ ਫਲਾਣਾ ਤੈਨੂੰ ਇੱਕ ਛੋਟੀ ਜੀ ਪੜਾ ਲੈ ਇਹਨਾਂ ਨੂੰ ਸਕੂਲਾਂ 'ਚ ਲੱਖਾਂ ਰੁਪਏ ਫੀਸ ਦਿੱਤੀ ਦਵਾਈ ਦਾ ਨਹੀਂ ਪਤਾ ਲੱਗਦਾ ਇਹਨਾਂ ਨੂੰ ਇੱਕ ਕੀ ਨਾ ਉਹਦਾ ਸਾਰੀ ਜ਼ਿੰਦਗੀ ਆਪਣੀ ਮੰਮੀ ਇਸ ਤਰ੍ਹਾਂ ਕਿਹਾ ਰੋਟੀ ਪਕਾਉਂਦੇ ਹਾਏ ਮੇਰੇ ਤੋਂ ਨਹੀਂ ਪੱਕਦੀ ਹੁਣ ਮੇਰੇ ਤਾਂ ਗੋਡੇ ਜੁੜਨ ਲੱਗ ਗਏ ਮੇਰੇ ਤਾਂ ਹੱਡ ਗੋਡੇ ਦੁਖਣ ਲੱਗੇ ਇਸ ਤਰ੍ਹਾਂ ਝਾੜੂ ਪੋਚਾ ਕਰਦੇ ਹੋਏ ਓਏ ਮੈਂ ਤਾਂ ਮਰ ਗਈ ਮੇਰੇ ਤਾਂ ਕਮਰ ਦੁਖ ਰਹੀ ਆ। ਅਰ ਜੇ ਇਸ ਤਰ੍ਹਾਂ ਆਪਣੇ ਰਿਸ਼ਤੇਦਾਰੀਆਂ ਵਿਆਹ ਜਾਂ ਕਿਸੇ ਦਾ ਜਿਸ ਤਰ੍ਹਾਂ ਫਿਰ ਤਾਂ ਧੂੜ ਉਹ ਮੈਂ ਕਹਿ ਰਿਹਾ ਬਈ ਜਿਹੜੀ ਬੇੜੇ ਦੀ ਮਿੱਟੀ ਹੋਵਾ ਨਾ ਜਿਹੜਾ ਉਹ ਲਿਪੀ ਹੋਵਾ ਉਹ ਪੱਟਦੇ ਨੇ ਬਈ ਉਹ ਸਾਰੀ ਪਹਿਲਾਂ ਨਹੀਂ ਉਹ ਤੂੰ ਮੈਨੂੰ ਕਹਿ ਵੀ ਨੱਚ ਲੈ ਨਹੀਂ ਫਿਰ ਨੱਚ ਮੈਂ ਕਿਹਾ ਮੰਮੀ ਕਿੰਨੀ એનર્ਜੀ ਮੈਂ ਵੀ ਕਰਾਂ ਗੋਡੇ ਦੁਖ ਰਹੇ ਸੀ ਕਿੱਧਰ ਗਏ ਹੋ ਬੇ ਧੱਕਾ ਕਰਦੀਆਂ ਨੇ ਕੋਈ ਨਿਊ ਗੇੜਾ ਉਹ ਫਿਰ ਉਸकी ਉਹ ਸੋਮੇ ਵਾਲੀ ਫਿਰ ਧੱਕਾ ਕਰ ਰਹੀ ਸੀ ਲੱਗੀ ਉਹ ਕਾਲੇ ਦੀ ਬਹੂ ਫਿਰ ਕਹਿੰਦੀ ਫਿਰ ਗੁੱਸਾ ਮਾਰ ਰਹੀ ਮੇਰੇ ਪਿੰਡ ਕੀ ਹੈ ਨਾ ਮੇਰੇ ਪਿੰਡ ਕੀ ਆ ਸਾਰਾ ਕਰਦੇ ਵਾਹ ਆਇਓ ਕਿਆ ਇੱਕ ਮੰਮੀਆਂ ਦਾ ਹਿਸਾਬ ਕਿਤਾਬ ਹੁੰਦਾ ਹੈ ਵੀ ਅੰਧ ਵਿਸ਼ਵਾਸ और जे तू सवाल चुकेगा तू फुद्दू है भाई लॉजिक देने दा मतलब भी कढ़ ना लियो तुसीं भी हां असीं लॉजिक देके उन्हां नूं समझावांगे झूंड च दुद्ध पा दो यार ना झूंड दुद्ध पींदा यार जेड़ा उत्थे डोलता ना बिल्ली पीण जोगी हो ना कुत्ता पीण जोगा रात नूं जे थम पेड़ अमरूद के पास लंगे थानू दिख गया अमरूद आवे खा लिए बे सौ गया बेटा मरना तू और सवेरे खा ली हड़किया पे कुत्ते जेरे अर्ज नलके के पास लो पानी सो गया ख्वाजा जी सो गए हुन पानी सो गया नहीं छेड़े नहीं करदा प्यासा मर जा ख्वाजा जी नु नहीं छोड़ना है ओ नहीं करना उस तेरे कोई नजर लग गई ऊपर नु नीचे ही दबा के आ के देनिया उससे कर देनिया और नाले तनु 10 20 रुपए दे के बिल्कुल नहीं राजी है हां भी 100-500 जिदा तो गल ना कर पर जे सनी देव वाला बाबा आ गया और उसने एक भी बात थानू इस तरह आटा पांदे हुए बता दी आटा मंगने बाबा आ गया कि तुसी दो भैणा हो एक तुसी खरड़ ब्याही हो एक तुसी महाली एक इत्थे आ गई है ते थोड़ा मुंडा 10वीं च पढ़दा है छोटे वाला तन्नू तंग करदा है दसा किवें ठीक करूगा हां बाबा मैं तो उसी तो तंग है ओ किते सेट हो जाए मेरी जिंदगी सुधर जाए बस ओ अपना ठीक हो जाए किते अरे हां फिर भी 500 रुपए दियो जी तुसी फिर आपा दस दिन फिर ठीक होऊगा पता नहीं कित्थों कढ़दियां 500 रुपए नाले उहना तो ਜੇ ਆਪਾਂ ਮੰਗ ਲਈਏ ਉਹ ਤੇਰਾ ਬਾਪ ਦੇ ਕੇ ਜਾਂਦਾ ਮੈਨੂੰ ਮੇਰੇ ਕੋਲ 10 ਰੁਪਏ ਨਹੀਂ ਖਾਣੇ ਨੂੰ ਮੈਨੂੰ ਤਨਖਾਹ ਮਿਲਦੀ ਹੈ ਤਨਖਾਹ ਉਹਨੂੰ ਦੇ ਕੇ 500 ਰੁਪਏ ਫੜਾ ਦੇਣਗੇ ਉਹਨੂੰ ਮਤਲਬ ਇੰਨੀ ਅੰਧਵਸ ਕਿਸਮ ਇੱਕ ਸਾਡੇ ਹੁੰਦੇ ਸੀ ਉਹ ਨਹੀਂ ਹੁੰਦੇ ਪਿੰਡਾਂ 'ਚ ਆਪਣੇ ਮੇਰੇ ਸਾਲੇ ਬਲਦ ਜਿਹੜੇ ਹਾਂ ਜਾਂ ਨਾ ਕਰਦੇ ਹੁੰਦੇ ਸੀ ਬੜੇ ਸਿੰਘਾਂ ਵਾਲੇ ਹਾਂ ਨਾ ਬੇ ਉਹਨੇ ਕਿਹਾ ਤੂੰ ਨਹੀਂ ਪੜਦਾ ਵੀ ਮੈਂ ਬਲਦ ਨੂੰ ਪੁੱਛਿਆ ਵੀ ਮੇਰਾ ਜਵਾਕ ਕੁਝ ਕਰੂਗਾ ਕਿ ਨਾ ਬਲਦ ਕਹਿੰਦਾ ਸਾਡੇ ਪਿੰਡਾਂ ਦੇ ਹਾਥੀ ਵਾਲੇ ਉਹ ਪਹਿਲਾਂ ਤਾਂ ਉਹ ਕਹਿੰਦੇ ਉਹ ਦੇਖ ਲੈਣਗੇ ਵੀ ਹਾਂ ਵੀ ਚੱਲ ਜ਼ਿਮੀਦਾਰ ਘਰ ਰੋਟੀ ਖਿਲਾ ਦੇ ਬੀਬੀ ਬੈਠ टाइम मिल जूगा चल रोटी नू भी ना नहीं करदे डैडी ने भी कहा भी आए चल रोटी खवाण लग बस जो तू रोटी खवाण बिठा ले मुंडा चंडीगढ़ के बहू लियावागा बाहरले देश नू जाऊगा बस मम्मी डॉलर छपे आंदे ने आ चक्का पैसे जिदा ਆਪਾਂ ਤਾਂ ਭੈਣ ਸੋਚਦੇ ਹੀ ਰਹਿ ਜਾ ਵੀ ਯਾਰ ਬਲਦ ਵਾਲੇ ਬਾਈ ਤੇਰੇ ਕੋਲ ਕਿਹਾ ਮੇਰੀ ਤੂੰ ਉਹ ਵੀ ਹਰਾਮੀ ਹੁੰਦੇ ਨੇ ਬਾਬਾ ਜੀ ਹਾਂ ਬਾਈ ਸ਼ੁਰੂ ਮਾ ਉਹਨਾਂ ਨੇ 1000 ਰੁਪਏ ਨਹੀਂ ਮੰਗਣਾ ਹੈਗਾ ਸ਼ੁਰੂ ਚ ਉਹਨੇ ਕਹਿਣਾ ਵੀ ਰੋਟੀ ਖਵਾ ਦੇ ਸਾਨੂੰ ਬੀਬੀ ਵੀ ਰੋਟੀ ਖਵਾ ਦੇ ਸਾਨੂੰ ਰੋਟੀ ਖਵਾ ਕੇ ਫਿਰ ਉਹਨੇ ਕਹਿਣਾ ਹੁਣ ਤਾਂ ਫਿਰ ਇੱਕ ਸੂਟ ਦੇਣਾ ਪਊਗਾ ਹਾਂ ਫਿਰ ਉਹ ਕਿਸ਼ਤਾਂ ਚ ਲੈਂਦੇ ਨੇ ਉਹ ਸੂਟ ਦੇਣਾ ਪਊਗਾ ਫਿਰ ਬਾਬੇ ਨੇ ਜੁੱਤੀ ਲੈਣੀ ਸੀ ਫਲਾਣਾ ਤਮਕਾਣਾ ਐਂ ਜੀ ਕਹਿ ਕੇ ਫਿਰ ਉਹਨਾਂ ਵਾਸਤੇ ਤਾਂ ਯਾਰ ਤੇਰੇ ਵਾਸਤੇ 12 ਰੁਪਏ ਵੀ ਨਹੀਂ ਨਿਕਲਦੇ ਹੋਰ ਛੱਡ ਉਹਨਾਂ ਨੂੰ ਪੂਰਾ 1000 ਰੁਪਏ ਦਾ ਸਮਾਨ ਦੇ ਕੇ ਤੋੜਨਗੀਆਂ ਫਿਰ ਹਾਂ ਅੱਛਾ ਇੱਕ ਹੋਰ ਬਾਤ ਕਿਆ ਉਸਕਾ ਵੀ ਜੇ ਇਸ ਤਰ੍ਹਾਂ ਤਾਂ ਆਪਣੀ ਮੰਮੀ ਕੋਲ ਕਹੀਂ ਦਵਾਈ ਲੈਣ ਜਾ ਰਿਹਾ ਕੋਈ ਸੂਟ ਦਿਵਾਣ ਜਾ ਰਿਹਾ ਕੋਈ ਕਹੀਂ ਉਹਨੂੰ ਸਤਸੰਗ ਮਾ ਜਾਣਾ ਜਾਂ ਮਹੱਲੇ ਜਾਣ ਜਾ ਰਿਹਾ ਜੇ ਕਹੀਂ ਗਲਤੀ ਤੇ ਤੰਨੇ ਵੀ ਅੱਜ ਯਾਰ ਇੰਪੋਰਟਡ ਮੈਚ ਅੱਜ ਮੈਚ ਖੇਲਣ ਜਾਣਾ ਵੀ ਮੰਮੀ ਮੈਂ ਨਹੀਂ ਯਾਰ ਤੈਨੂੰ ਲੈਜਦਾ ਹਰ ਥਾਰੇ ਚਾਚੇ ਤਾਇਆ ਮਾਤੇ ਇੱਕ ਪਿੰਡ ਕੇ ਕਿਸੇ ਛੋਕਰਾ ਉਹਨੂੰ ਮੋਟਰਸਾਈਕਲ ਬਿਠਾ ਕੇ ਲੈ ਗਿਆ ਮਾਂ ਸੀ ਬਸ ਤੇਰਾ ਤਾਂ ਰਾਤ ਫਿਰ ਤਾਂ ਉਹ ਗੋਦ ਹੀ ਲੈ ਲਿਆ ਉਹ ਸਮਝ ਲੈ ਰਾਤ ਨੂੰ ਦੋ ਖਤਮ ਆ ਤਾਂ ਰਾਤ ਦੀ ਉਹ ਫਿਰ ਤੈਨੂੰ ਚੰਮੜੇ ਦਾ ਕੀ ਫਾਇਦਾ 25 26 ਸਾਲ ਹੋ ਗਏ ਤੈਨੂੰ ਖੜਾ ਕੇ ਐਡਾ ਬੜਾ ਕੀਤਾ ਇਸ ਤੋਂ ਚੰਗਾ ਤਾਂ ਮੈਂ ਉਹਨਾਂ ਦੇ ਨੇੜੇ ਜੰਮ ਲੈਂਦੀ ਮਰ ਗਿਆ ਓਏ ਤੂੰ ਮੋਟਰਸਾਈਕਲ ਦੀ ਗੱਲ ਕਰਦਾ ਸੀ ਨਾ ਤੇਰੇ ਮੋਟਰਸਾਈਕਲ ਸਿੱਖਣ ਦਾ ਸਾਰਿਆਂ ਨੂੰ ਵੱਡਾ ਫਾਇਦਾ ਤੇਰੀ ਮੰਮੀ ਨੂੰ ਹੁੰਦਾ ਕਿਉਂਕਿ ਤੇਰੇ ਡੈਡੀ ਤੇ ਡਿਪੈਂਡੈਂਸੀ ਘਟ ਜਾਂਦੀ ਹੈ ਤੇਰੇ ਡੈਡੀ ਦੀ ਟੈਨਸ਼ਨ ਖਤਮ ਹੋ ਜਾਂਦੀ ਦੇਖ ਆਪਣਾ ਤਾਂ ਬਈ ਛੁੱਟ ਗਿਆ ਠੀਕ ਹੈ ਜਿੱਥੇ ਵੀ ਲੈ ਜਾਣਾ ਯਾਰ ਤਾਂ ਹੁਣ ਇਹਨੂੰ ਕਿਤੇ ਨਹੀਂ ਲੈ ਕੇ ਜਾਂਦੇ ਤੂੰ ਆਪ ਦੇਖ ਹੁਣ ਫਿਰ ਉਦੋਂ ਬਾਅਦ ਤੈਂ ਮੋਟਰਸਾਈਕਲ ਸਿੱਖਿਆ ਹੁੰਦਾ ਹੈ ਆਸਕੀਆਂ ਵਾਸਤੇ ਜਾਂ ਗੇੜਿਆਂ ਵਾਸਤੇ ਉਹ ਤਾਂ ਤੇਰਾ ਸੁਪਨਾ ਟੁੱਟ ਜਾਂਦਾ ਹੁੰਦਾ ਬਾਈ ਇਹਨਾਂ ਕਿਉਂਕਿ ਇਹਨਾਂ ਨੂੰ ਕੰਮ ਤਾਂ ਹੁੰਦਾ ਹੀ ਹੈ ਚੱਲ ਬੇ ਨਾਨਕੇ ਚੱਲਣਾ ਹੈ ਚੱਲ ਬੇ ਮਾਸੀ ਕੋਲੇ ਚੱਲਣਾ ਹੈ ਚੱਲ ਬੇ ਤੇਰੀ ਭੂਆ ਕੋਲੇ ਚੱਲਣਾ ਹੈ चल वे दवाई दवा के लिया चलो ओ बोइया दवा के लिया चलो बेलना खराब हो गया दवा के लिया चलो लेटर नहीं चलदा ओ दवा के जे तू मना कर दे फिर जेड़ा कुछ तेरे वास्ते करया है जम्मण तो लेके मरण तक सारा गणा सारा हां इस तो चंगा था मुंडा जम लेंदी सिर्फ भी तेरे मोटरसाइकिल तू मोटरसाइकिल ते बिठा के नहीं लेके गया बस और मोटरसाइकिल एक दिन नहीं ले गया मतलब तू ओना दा मुंडा है नहीं भाई मेरा मुंडा तो हो गया मैं दा ओनु ही जम लेंदी या बिजरे सब तो बड़ा इसका विक्टिम था जब हुआ भी मतलब जब थम 25 तो करना मैं घूम का एक सूट पसंद करके लिया है और नेक्स्ट डे मम्मी चल मैं मोड़ के आना वो तो नहीं कर रहा था भी यार भी देखा मम्मी तू मुंडा होर ले यार ता कोठे तो छाल मार लग गया भी मम्मी मतलब ਲਿਟਰਲੀ 25 ਦੁਕਾਨਾਂ ਤੋਂ ਬਾਅਦ ਇੱਕ ਸੂਟ ਪਸੰਦ ਬੇ ਇੰਨਾ ਕ ਫਟਿਆ ਵੀ ਤਾਂ ਭੈਣ ਦਾ ਯਾਰ ਕੈਂਚੀ ਨਾਲ ਕੱਟ ਜੂ ਇਹ ਵੀ ਕਿਹੜੀ ਗੱਲ ਆ ਯਾਰ ਬਸ ਕਰੋੜ ਕੇ ਆਣਾ ਮੋੜ ਕੇ ਪਰ ਉਹ ਤਾਂ ਬਾਲਾ ਵਿਚਾਰਾ ਵੇ ਲੈ ਜਾਵੇ ਏ ਮੋੜ ਕੇ ਆਣਾ ਤੇ ਪੈਸੇ ਖਰਾਬ ਹੋ ਜਾਣਗੇ चलो या एक पंजाब दी मम्मियां दी पता नहीं की आदत है पता नहीं कित्थों तो सीखदियां ने भी जे तेरा दोस्त तेनू घरे बुलाउण आ गया उई चाहे तू घरे बैठा होवे उई झूठ वह नहीं होता पता घरे नहीं हैगा भाई है नहीं गया ओ तो है नहीं ਨਾਰੇ ਹੋਏ ਤੁਸੀਂ ਉਹ ਤਾਂ ਹੈ ਨਹੀਂ ਉਹ ਤਾਂ ਗਿਆ ਵਗ ਗਿਆ ਹੋਇਆ ਬਈ ਗਿਆ ਹੋਇਆ ਕਿਤੇ ਵੀ ਫਿਰ ਐ ਛੱਡ ਚਾਹੇ ਗਵੰਡੀ ਦੇ ਜਵਾਕ ਤੈਂ ਬਗਿਆੜੇ ਹੁਣ ਜਿਹੜਾ ਤੇਰਾ ਦੋਸਤ ਤੈਨੂੰ ਬੁਲਾਉਣਾ ਆ ਬਈ ਤੁਸੀਂ ਸਾਡਾ ਜਵਾਕ ਬਗਿਆੜਤਾ ਵੇ ਓਏ ਮਰ ਕੇ ਜਾਓਗੇ ਉਹ ਟੈਂਜਣੇ ਉਹ ਲੱਗ ਜਾਓਏ ਤੁਸੀਂ ਕਹਿ ਰਹੇ ਨਾ ਵੀ ਉਹ ਮੋਟਰਸਾਈਕਲ ਸਿੱਖਣ ਦਾ ਫਾਇਦਾ ਹੁੰਦਾ ਫਿਰ ਇੱਕ ਜਿਹੜੀ ਇਹਨਾਂ ਦੀ ਪੱਕੀ ਸਹੇਲੀ ਹੁੰਦੀ ਹੈ ਉਹਦਾ ਮੁੰਡਾ ਤਾਂ ਛੋਟਾ ਹੁੰਦਾ ਉਹਨੂੰ ਮੋਟਰਸਾਈਕਲ ਫਿਰ ਜੇ ਉਹਨੇ ਕਿਸੇ ਦਿਨ ਜਾਣਾ ਹੈ मतलब घरे बताने वाली गल भी घरे है दस दी नहीं बई एक जे अपना डैडी दारूबाज हो दारू पीने वाला हो और जे आप बाहर धुप्प में खेल के आए आ दारू वाले यार दोस्त आगे भेजी काले मर जने बग जो कल तो भांडे खंडाए ओले कल तो लड़ाई हाके हटी है चंगी नहीं लगती मैं दो दिन का कट लैन दे बग जो कुत्ते तेरा दोस्त भी कभी चाहे तेरी मम्मी ज्यादा ड्रामेटिक नहीं हैगी यार या एक होर ये सारियां मम्मियां दी प्रॉब्लम है भी जे मान लो तुसीं खेड रहे हो क्रिकेट खेड रहे हो ताश खेड रहे हो कुछ भी खेड रहे हो गेम एंड किवें होगी गेम एंड होगी भी ओए तेरी मम्मी बुलाउण आ गई सारी भज जाने उत्थे फिर सारे गैप ही हो जांदे ने मतलब तुसीं ताश खेलते हुए लड़ रहे ओए तू देख लिया तू चेक कर लिया ये कर लिया भी मतलब पूरी यार लड़ाई थारी अपनी आपस में हो रही है अभी पता नहीं भैन जो कैडी खुंद कर रही है अपनी और जिदनी जिस तरह ही मम्मी ने एंटर करी ओए चल फिर चलिएगा ओ भज जो ओए सारे चोगली गली कटाई हुंदी सी ना गोलियां खेडदे हुंदे सी घर में ते एक ना पिंड आंगनवाड़ी बनी हुई सी ओ मतलब आए बंद सी हुण जो छुट्टियां उत्थे भी हुंदियां जदों गर्मी सारे हुंदे ओ जंदा मारिया हुंदा जी टप के अंदर खेलदे हुंदे सी गोलियां मम्मी नूं पता भी सारा दिन ही नहीं आए यार मेरी खा के 5-7 रोटियां सानू भुख लगदी शाम तक उत्थे खेली जाने फिर मम्मी ने तंग हो गए टप्पल खोल के ही आउणा ना हुण कंध दा मम्मी तो टप्पी नहीं जांदी आ जा तू आ जा एक बारी उधर सारे ने लुट्ट मारनी गोलियां ते भी धक्के भजांगे दी मम्मी आ गई ओए भाजो भाजो जिवें इंडिया ने पाकिस्तान ते अटैक करदा हुंदा भी भाजो कोई इधर कंध च भज रहा है कोई इधर भज रहा है इस सिचुएशन में तो मैं पता नहीं भैन जो कितनी बार ही फंसा होगा भी और कंध दे फड़ गए इतनी खिच के घर लगे जाना सच होगी ਵੀ ਆਪਾਂ ਸਵੇਰ ਕੇ ਰੋਟੀ ਖਾਦਾ ਤਾਂ ਲੱਗੇ ਯਾਰ ਪਤਾ ਵੀ ਨਹੀਂ ਲੱਗਦਾ ਤਾਂ ਬਿਲਕੁਲ ਸ਼ਾਮ ਹੋ ਗਈ ਨਹੀਂ ਨਾਲੇ ਉਹ ਗਲੀ ਵੀ ਤਾਂ ਇੱਕ ਹੀ ਹੁੰਦੀ ਸੀ ਹਾਂ ਨਾ ਭੱਜਣੇ ਜੋਗੇ ਚੱਪਲ ਹੱਥ 'ਚ ਇਧਰਲੀ ਸਾਈਡ ਨਾਲੀ ਹੈ ਜੇ ਨਾਲੀ 'ਚ ਪੈਰ ਤੇਰਾ ਖਰਾਬ ਗੰਦਾ ਹੋਇਆ ਫੇਰ ਤਾਂ ਡਬਲ ਕਟਾਈ ਜੇ ਲੰਘ ਜਾਏਗਾ ਚੱਪਲ ਖਾ ਕੇ ਫੇਰ ਤੇਰੀ ਮਤਲਬ ਜਾਂ ਇਹਨਾਂ ਦਾ ਇੱਕ ਡਾਇਲੌਗ ਹੁੰਦਾ ਇਹਨਾਂ ਦਾ ਤੇਰਾ ਟਾਈਮ ਨਹੀਂ ਹੋਇਆ ਅਜੇ ਇਹ ਤਾਂ ਪੱਕਾ ਰਣ ਦਾ ਟਾਈਮ ਨਹੀਂ ਹੋਇਆ ਹੁਣ ਦੂਰੋਂ ਹੀ ਉਹ ਵੀ ਕਈ ਹੁੰਦਾ ਵੀ क्वेश्चन पूछ रही है कि भी रिटोरिकल है दूजा भी हुण मतलब हुण मम्मी दा मेरी दा टॉन्ट मारन दा वे भी चेंज हो गया हम बड्डे हो गए हुण ओवें दा बोलदी नहीं जिवें मतलब रात नूं बागे तुसीं भी सवेरे फेर सजरे जाना होटल है सौना ओ खाना ओ होटल है हां पै जाओ मैं तो इसी लाया वा पै जाओ काम वाली रोटी खा लो ना होटल है काम वाली रखी तो हुई है घरे हां जद कहंदे हैं बना के दे देनी है थानू हां ना ओनू ऐने बनाईया ओ एक काम नु जवाब दे सही कि रात नूं लेट चलेगा तो सवेरे तू जल्दी जाना कि बस हाँ होटल है और काम है किसी ने रखे भी नौकर कर रहे काम दो छोटे भाई नु दईयां बना के हुण तेरे बाप आजूगा हुण पहला दो तैनू खवावा मैं तां काम वाली रखी होई है इत्थे और की है पूरा सार्केस्टिक वेच और जा जदों सारन बाद दुखी हुंदियां ने जिदन दा संधारा लेट हो जाए दिनक मतलब सारे नो टेंस माहौल सड़े घरें की हुंदा है भी जे तेरी मम्मी दा संधारा लेट हो गया भी तेरे मामे ने कहता भी मैं 2 बजे आऊं जे भाई 3 भी बज गए बस फिर तां हो गया खत्म काम नाले वे डैडीयां दी मौज हुंदी है डैडी लेना पूरे स्वाद ऐ जदों 3 बज गए भी ऐ निक तां 3 बजे पिंडां 'ਚ ना ਸੌਂ ਕੇ ਉੱਠ ਜਾਂਦੇ ਨੇ ਦੁਪਹਿਰਾ ਮਤਲਬ ਸੌਂ ਕੇ 3 ਵਜੇ ਉੱਠ ਕੇ ਚਾਹ ਪੀ ਰਹੇ ਨੇ ਵਿਹੜੇ 'ਚ ਬੈਠੇ ਤੇ ਉੱਥੇ ਬੈਠਾ ਕਾ ਉਹ ਆ ਗਿਆ ਓਏ ਸੁੱਤਾ ਗਿਆ ਬੜਾ ਸੁੱਤਾ ਬੜਾ ਉਹ ਡਿੱਗ ਨਾ ਜਾਣ ਬਿਲਕੁਲ ਨਾ ਡਿੱਗ ਜਾ ਮੈਂ ਦੇਖਿਆ ਹੀ ਯਾਰ ਕੋਈ ਅੱਡ ਲੈਵਲ ਦੀ ਸਰਕੈਸਮ ਕੋਈ ਮੋਟਰਸਾਈਕਲ ਵਾਲਾ ਨਿਕੜਿਆ ਉਹ ਦੇਖੀ ਉਹੀ ਤਾਂ ਨਹੀਂ ਕੋਈ ਕਾਰ ਵਾਲਾ ਨਿਕੜਿਆ ਆ ਗਿਆ ਹੋਣਾ ਫਿਰ ਟਾਈਮ ਕਾਫੀ ਹੋ ਗਿਆ ਕੌਣ ਨੂੰ ਤਾਂ ਮਤਲਬ ਮਾਮੇ ਨਾਲ ਇੰਨਾ ਕਰਦੇ ਨੇ ਉਹ ਭਾਈ ਫਿਰ ਗੀਤਾਂ 'ਚ ਚੱਲਦਾ ਹੁੰਦਾ ਸੀ ਨਾ ਕੰਮ ਆ ਗਿਆ ਨਾ ਫਿਰ ਤੇਰੇ ਡੈਡੀ ਵਾਸਤੇ ਵਿਨ-ਵਿਨ ਸਿਚੁਏਸ਼ਨ ਹੁੰਦੀ ਹੈ ਨਾ ਵੀ ਇੱਕ ਤਾਂ ਉਹਨਾਂ ਨੂੰ ਤੇਰੇ ਮਾਮੇ ਨੂੰ ਕ੍ਰਿਟਿਸਾਈਜ਼ ਕਰਨ ਦਾ ਮੌਕਾ ਮਿਲ ਗਿਆ ਕਿਉਂਕਿ ਯੂਜੂਲੀ ਤਾਂ ਕਰ ਨਹੀਂ ਸਕਦੇ ਉਹ ਤੇ ਦੂਜਾ ਤੇਰੀ ਮੰਮੀ ਔਖੀ ਹੈ ਹਾਂ ਫਿਰ ਤਾਂ ਪੂਰਾ ਸਵਾਲ ਆਉਂਦਾ ਵੀ ਫਿਰ ਆਇਆ ਨਹੀਂ ਹੈ ਨਾਲੇ ਇੱਕ ਤਾਂ ਜਦੋਂ ਆਪਣੀ ਮੰਮੀ ਆ ਆਪਣੇ ਨਾਨਕੇ ਨਾਲ ਲੜੀ ਹੁੰਦੀ ਆ ਆਪਣੇ ਡੈਡੀ ਯਾਰ ਭਾਈ ਨਾਲ ਉਹਦਾ ਉਹ ਕਦੇ ਕੁਝ ਨਹੀਂ ਕਹਿਣਗੀ ਵੀ ਮੈਂ ਹਿੱਸਾ ਲਊਂਗੀ जे उनकी लड़ाई होगी फिर मैं मंकड़े तो हिस्सा भी मांग सकती सी तमकी बाकी मैं मंगिया तो नहीं फिर भी मेरे नाल इंज करदे आ देखी मर जाए। साल च एक त्योहार हुंदा है जे उदों भी नाए फिरता भी फायदा भी बिहार के हुण ब्याह करते तो छड्ड दी कुछ पूछ नहीं हाल नहीं चाल नहीं फिर डैडी ओदे हां और ले सो मंगी ला हिस्सा एक जे मन ला भी तू क्योंकि ऑब्वियसली तेरी बाहर खाने की आदत है जे मन ला इन्हां नूं तू चीज लिया के देती ਤੇ ਕਿਉਂਕਿ ਤੂੰ ਤਾਂ ਵੈਰਾਈਟੀ ਵਾਲੀ ਖਾਵੇਂਗਾ ਤਾਂ ਫਿਰ ਉਸੇ ਚੀਜ਼ ਦੇ ਮਗਰ ਪੈ ਜਾਂਦੀਆਂ ਨੇ। ਹੋਰ ਆਪਣੀ ਮੰਮੀ ਕੀ ਹੋਵਾ ਵੀ ਸਿੰਪਲ ਰੋਟੀਆਂ ਖਾਣੀ ਵੀ ਵਿਆਹ ਵੀ ਹੋਵਾ ਚਾਹ ਟਿੱਕੀ ਖਾ ਲਈ ਜਾਂ ਹੋਰ ਕੁਝ ਖਾ ਲਿਆ ਠੀਕ ਆ ਜਿਸ ਤਰ੍ਹਾਂ ਜੇ ਤੰਨੇ ਕੋਈ ਆਈਟਮ ਲਿਆ ਕੇ ਦੇ ਦੀ ਇੱਕ ਦਿਨ ਇਸ ਤਰ੍ਹਾਂ ਵੀ ਸੈਂਡਵਿਚ ਲਿਆ ਕੇ ਦੇ ਦੀਏ ਉਹ ਮਹੀਨਾ ਤਾਂ ਫਿਰ ਉਸਕੇ ਗਲੀ ਪੜੀ ਰਹਿ ਗਈ। ਮੇਰੀ ਮੰਮੀ ਨੂੰ ਤਾਂ ਮੈਂ ਉਸ ਦਿਨ ਲਿਆ ਦੀਏ ਨਵੇਂ ਉਹ ਕੀ ਨਾਮ ਉਸਕਾ कॉर्न सैंडविच लिया ग्रिल्ड सैंडविच हाँ ग्रिल कॉर्न सैंडविच कॉर्न पे थे उसमें दाने मक्की के तो मेरी मम्मी तो हर जब आप कहना होगा भी मम्मी मैं बाजार में जाने लग रहा है कुछ खाने का ले आऊं बस हर टाइम ओ ले आइयो मक्की का दाना ब्रेड मेरी मम्मी नु खवाती मैं चांप होया चांप वही ले पहला तो लगा भी ये चिकन है सनसनीखेज म्यूजिक वीडियो मां ये चिकन नहीं हैगा ये वेजिटेरियन ए बे आ तो स्वाद है फोन करके मम्मी फिर मैं करे आई की ले चांपा ले आई भाई मम्मी की ले चांपा जब तक उस सामान का उस खाने वाली चीज का उनके मुंह में स्वाद खत्म नहीं ना हो जाता महीना डेढ़ महीना खागा जब तक नहीं हटदी की लेना बा वही ले जेड़ा कल खड़ाया सी की लेना जेड़ा परसों खड़ाया सी ते जे जिवें डैडी नहीं हुंदा तो हर चीज ना भी यार तड़के उठ के भज्जा करो ऐ करके मम्मी दा हुंदा हर चीज दा मुरब्बा और एक ਜਿਹੜੇ ਤੇਰੇ ਨਾਨੇ ਮੁਰੱਬਾ ਖਾਣਾ ਮਤਲਬ ਇੰਨਾ ਜ਼ਰੂਰੀ ਹੈ ਮੇਰੇ ਦਾਦੇ ਨੂੰ ਨਾ ਸ਼ੂਗਰ ਸੀ ਬਈ ਮਤਲਬ ਇਹ ਕਹਿੰਦਾ ਮੈਂ ਸਵੇਰੇ ਉੱਠਾ ਕੇ ਆਉਂਦਾ ਹੈ ਅੱਧਾ ਵੀ ਉਹਦੇ ਤੇ ਟੂਟੀ ਥੱਲੇ ਉਹ ਕਰਾ ਉਹਨੇ ਮੁਰੱਬਾ ਕੇ ਮਾਂ ਇੰਨਾ ਚੱਲ ਰਿਹਾ ਹੈ ਮਾਂ मम्मी ये की है ये शुगर अंदर जाती नु साला खाना जरूर है ये शुगर है मैं तो टूटी वाले तो मुरब्बा भी पता नहीं की सारी संजीवनी बूटी है भी जेड़ा मर के जींदा मैं तो आज तक समझ नहीं आई भैं चो मुरब्बा है की ओ नाले थानू ओए आ रोटी खा ली आ कोली च मैं मुरब्बा दे दी कट के तू खा ली मैं हर चीज दा जे मम्मी टट दोदा मैं मुरब्बा खाया कर हर चीज दा मम्मी मेरा तो अख थोड़ी कमजोर फिर मुरब्बा दा खांदा नहीं तू मम्मी मेरा तो टिट दुखण लग गया ओ मुरब्बा ले सेब दा खा ले ये भैं दा मुरब्बा हो गया ओ ये दस दे सी भी एक बार ओ गोल गप्पे ਬਈ ਮੈਂ ਨਾ ਬਾਹਰੇ ਖਾਂਦਾ ਹੁੰਦਾ ਸੀ ਜਿਵੇਂ ਹੁਣ ਹੁੰਦਾ ਕਿ ਤੁਸੀਂ ਘਰਦਿਆਂ ਨੂੰ 50 ਰੁਪਏ ਦਿੱਤੇ ਤੁਸੀਂ 40 ਦੀ ਚੀਜ਼ ਲਿਆ 10 ਰੁਪਏ ਤੁਹਾਡੇ ਕੋਲ ਬਚ ਗਏ ਤਾਂ ਐਂ ਮਤਲਬ ਮੈਂ ਗੋਲ ਗੱਪੇ ਖਾ ਕੇ ਮੈਂ ਘਰੇ ਆ ਜਾਂਦਾ ਸੀਗਾ ਕਿਉਂਕਿ ਹਿਸਾਬ ਤਾਂ ਇਹ ਲਾ ਲੈਂਦੀਆਂ ਨੇ ਵੀ ਇਹ ਬਾਹਰ ਖਾ ਕੇ ਆਇਆ ਇਹ ਤਾਂ ਮੈਨੂੰ ਕਹਿੰਦੀ ਹਰ ਚੀਜ਼ ਗੱਲ ਸੁਣ ਵੀ ਤੂੰ ਬਾਹਰ ਨਾ ਖਾਇਆ ਕਰ ਵੀ ਐ ਕੋਈ ਦੇਖ ਲੈਂਦਾ ਅਗਲਾ ਕੋਈ ਵੀ ਤਾਂ ਬਾਹਰੇ ਖਾਣ ਗਿਆ ਵੀ ਤੂੰ ਘਰੇ ਪੈਕ ਕਰਾ ਲਿਆ ਹੈਗਾ ਘਰੇ ਖਾ ਲਿਆ ਕਰ ਆਰਾਮ ਨਾਲ ਬਹਿ ਕੇ ਆਲਰਾਈਟ ਮਾਂ ਇਹ ਵੀ ਵਿਨ-ਵਿਨ ਸਿਚੁਏਸ਼ਨ ਹੈ ਟੀਵੀ ਮੂਰੇ ਬਹਿ ਕੇ ਖਾਵਾਂਗੇ ਤੇ ਮੈਂ ਬਈ ਗੋਲ ਗੱਪੇ ਲਿਆ ਕਰਾਂ ਤੇ ਚਲੋ ਆਪਾਂ ਕਿਉਂਕਿ ਆਪੇ ਘਰੇ ਆਏ ਓਬਵੀਅਸਲੀ ਮੰਮੀ ਨੂੰ ਵੀ ਆਫਰ ਕਰਨੇ ਨੇ ਤੇ ਮੰਮੀ ਵੀ ਚਸਕਾ ਪੈ ਗਿਆ ਮੰਮੀ ਨੂੰ ਗੋਲ ਗੱਪਿਆਂ ਦਾ ਫਿਰ ਮੰਮੀ ਹੁਣ ਐਂ ਤਾਂ ਕਹਿੰਦੀ ਸੀ ਮੇਰੇ ਵਾਸਤੇ ਗੋਲ ਗੱਪੇ ਲਿਆ ਮੰਮੀ ਕਿਆ ਕਰੇ ਜੇ ਮੈਂ ਮਤਲਬ ਹਫ਼ਤਾ ਕੁ ਗੋਲ ਗੱਪੇ ਨਾ ਖਾਦੇ ਫਿਰ ਹੁਣ ਗੋਲ ਗੱਪੇ ਨਹੀਂ ਖਾਂਦਾ ਹੈਗਾ ਹੁਣ ਫਿਰ ਜੇ ਮਤਲਬ ਤੇਰੇ ਕੋਲ ਮੰਮੀ ਮੇਰੇ ਰੁਪਈਏ ਨਹੀਂ ਹੈਗੇ ਅੱਛਾ ਆ ਲੈ ਤੇਰੇ ਬਾਪੂ ਨੇ ਲੈ ਤੂੰ ਲੈ ਜਾ ਹਾਂ ਲੈ ਲਿਆ ਫਿਰ ਖਾ ਲੈ ਗੋਲ ਗੱਪੇ ਖਾ ਲੈ ਕੋਈ ਨਹੀਂ ਖਾ ਲੈ ਕੋਈ ਚੱਕਰ ਨਾਲੇ ਇੱਕ ਦੋ ਮੈਂ ਵੀ ਖਾ ਲੂੰ ਉਹ ਸਲੂਣਾ ਜਾਂ ਮੂੰਹ ਹੋ ਜਾਂਦਾ ਉਹ ਪਾਣੀ ਨਾਲੇ ਉਹ ਮਿੱਠਾ ਪਾਣੀ ਜ਼ਿਆਦਾ ਪਵਾ ਲਿਆ ਹੀ ਇਦਾਂ ਥੋੜਾ ਜਿਹਾ ਪੀ ਕੇ ਚਲੋ ਠੀਕ ਆ ਆਈ ਥਿੰਕ ਅੱਜ ਦਾ ਐਪੀਸੋਡ ਆਪਣਾ ਅੱਜ ਦਾ ਇੱਕ ਡਨ ਕਰਦੇ ਆ ਮੰਮੀ ਵਾਲਾ ਐਪੀਸੋਡ ਬਈ ਕਹਿ ਰਹੇ ਤੇ ਵੀ ਵੈਸੇ ਆਪਣੇ ਹੋ ਗਿਆ ਇੱਕਦਮ ਜਿਹੜੇ ਇੰਸਟਾਗ੍ਰam ਵਾਲੀ ਜਨਤਾ ਹੋਰ ਜਨਤਾ ਕਹਿੰਦੀ ਮੰਮੀ ਬਣਾਓ ਆਪਾਂ ਕਹਿੰਦੇ ਵੀ 10 ਮਿੰਟ ਦਾ ਬਣਾਵਾਂਗੇ 50 60 ਮਿੰਟ ਹੋ ਗਿਆ 1 ਘੰਟਾ 10 ਮਿੰਟ ਹੋ ਗਏ ਇਹਦਾ ਵੀ ਪਤਾ ਹੀ ਨਹੀਂ ਲੱਗਿਆ ਹੈ ਵੀ ਕੀ ਮੰਮੀ ਤਾਂ ਫਿਰ ਮੈਂ ਨਾ ਬਈ ਆਪਣੀ ਸਾਰੀ ਜ਼ਿੰਦਗੀ ਡੈਡੀਆਂ ਨਾਲ ਆਪਣਾ ਘੱਟ ਇੰਟਰੈਕਸ਼ਨ ਮੰਮੀਆਂ ਨਾਲ ਵੱਧ ਹੁੰਦਾ ਨਾ ਕਿ ਉਹ ਮੰਮੀਆਂ ਨਾਲ ਆਪਣਾ ਪਿਆਰ ਵੀ ਸਾਰਿਆਂ ਨਾਲ ਸਾਨੂੰ ਬੰਦਾ ਮੰਮੀ ਨੇ ਬਣਾਇਆ ਹੁੰਦਾ ਨਾ ਸਾਨੂੰ ਡੈਡੀ ਤਾਂ ਦੇਖਣਾ ਹੁੰਦਾ ਵੀ ਬੰਦਾ ਬਣ ਗਿਆ ਕਿ ਨਾ ਇਹ ਬਾਕੀ ਚਲੋ ਫਿਰ ਪਹਿਲਾਂ ਸਬਸਕ੍ਰਾਈਬਰ ਵਾਲਿਆਂ ਨੂੰ ਕਹਦੇ ਵੀ ਆਪਣਾ ਕਰ ਲਿਓ ਬਈ ਸਬਸਕ੍ਰਾਈਬ ਚੈਨਲ ਨੂੰ ਜਿਵੇਂ ਬਾਕੀ ਐਪੀਸੋਡ ਬਈ ਅਸੀਂ ਬਣਾਏ ਨੇ ਡੈਡੀਆਂ ਤੇ ਵੀ ਬਣਾਇਆ ਕੈਪਟਨ ਦੀਆਂ ਕੁਰਬਾਨੀਆਂ ਹੋਰ ਵੀ ਤੁਸੀਂ ਦੇਖ ਸਕਦੇ ਹੋ YouTube ਤੇ ਬਣਾਇਆ ਐਵੇਂ ਅੱਜ ਇਹ ਵੀ ਫਨੀ ਐਪੀਸੋਡ ਅਸੀਂ ਲੈ ਕੇ ਆਏ ਸੀ ਤੁਸੀਂ ਦੇਖੇ ਜ਼ਰੂਰ ਹੋਰ ਵੀ ਇਹੋ ਜਿਹੇ ਐਪੀਸੋਡ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅੱਜ ਦਾ ਇਹ ਮੰਮੀਆਂ ਵਾਲਾ ਐਪੀਸੋਡ ਹਰਸ਼ਦੀਪ ਜੀ ਦੀ ਮੰਮੀ ਨੂੰ ਡੈਡੀਕੇਟਿਡ ਹੈ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਨੂੰ ਹੀ ਡੈਡੀਕੇਟਿਡ ਹੈ ਇਹ